ਤਾਹਿਰ ਰਹਿਮਾਨ ਰਹੀਮ ਅਸਲਾਮੁ ਅਲੈਕਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਵੇਗੀ। ਤੁਸੀਂ ਲਾਈਕ ਵੀ ਕਰੋ ਅਤੇ ਤੁਸੀਂ ਸ਼ੇਅਰ ਵੀ ਕਰੋ ਅਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਹੈ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਵੀਡੀਓ ਜਨਾਬ ਜਿਹੜੀ ਬਣਾਉਣ ਲੱਗਾ ਉਹਦਾ ਐਡਰੈਸ ਮੈਂ ਦੱਸਣਾ, ਲੇਕਿਨ ਇੱਕ ਭਰਾਵਾਂ ਅੱਗੇ ਗੁਜ਼ਾਰਿਸ਼ ਹੈ ਕਿ ਕਈਆਂ ਭਰਾਵਾਂ ਨੂੰ ਬੈੱਲ ਆਈਕਾਨ ਦਾ ਬਟਨ ਦਾ ਨਹੀਂ ਪਤਾ, ਉਹ ਕੋਸ਼ਿਸ਼ ਕਰਨੀ ਹੈ, ਹੈਲਪ ਕਰਨੀ ਹੈ ਸੱਜੇ ਖੱਬੇ ਕਿ ਉਹਨਾਂ ਤੱਕ ਵੀਡੀਓ ਪਹੁੰਚ ਜੇ। ਕਈ ਭਰਾ ਇਤਰਾਜ਼ ਕਰਦੇ ਨੇ, ਆਏ ਸਾਹਿਬ ਵੀਡੀਓ ਕੋਈ ਨਹੀਂ ਚੜ੍ਹੀ, ਵੀਡੀਓ ਚੜ੍ਹ ਜਾਂਦੀ ਹੈ ਇਨਸ਼ਾਅੱਲਾ, ਵੀਡੀਓ ਦਾ ਨਾਗਾ ਵੀ ਕੋਈ ਨਹੀਂ ਹੋਇਆ ਇਨਸ਼ਾਅੱਲਾ, ਅਤੇ ਤੁਹਾਡੇ ਭਰਾਵਾਂ ਦੇ ਤਾਵਨ ਨਾਲ ਤਾਂ ਹੋਣਾ ਵੀ ਕੋਈ ਨਹੀਂ। ਬਹਰਲ ਗੱਲ ਇਹ ਕਿ ਬੈੱਲ ਆਈਕਾਨ ਦਾ ਬਟਨ ਜਿਹੜਾ ਜ਼ਰੂਰ ਦਬਾਉਣਾ, ਅਤੇ ਜਿਨ੍ਹਾਂ ਜਿਨ੍ਹਾਂ ਭਰਾਵਾਂ ਨੇ ਛੜੀ ਵੀਡੀਓ ਵੇਖਦੇ ਨੇ ਪਏ ਯੂਟਿਊਬ 'ਤੇ ਖਿਲਦੀ, ਉਹਦੇ ਨਾਲ ਮਕਸਦ ਨਹੀਂ, ਮਕਸਦ ਇਹ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈੱਲ ਆਈਕਾਨ ਜਿਹੜੇ ਭਰਾ ਨਹੀਂ ਦਬਾ ਸਕਦੇ ਉਹਨਾਂ ਨਾਲ ਹੈਲਪ ਜ਼ਰੂਰ ਕਰਨੀ ਹੈ ਤਾਂ ਕਿ ਉਹ ਵੀ ਨਵੀਂ ਵੀਡੀਓ ਨਵਾਂ ਪ੍ਰੋਗਰਾਮ ਜਿਹੜਾ ਵੇਖ ਸਕਣ। ਜਿਨ੍ਹਾਂ ਵੀਡੀਓ ਇਸ ਤਰ੍ਹਾਂ ਜਿਹੜੀ ਬਣਾਈਏ ਬਣਾਉਣ ਲੱਗਾ, ਇਨਸ਼ਾਅੱਲਾ ਸ਼ੁਰੂ ਕਰਨ ਲੱਗਾ ਵੀਡੀਓ। ਅੱਗੇ ਤੁਸੀਂ ਵੀਡੀਓ ਪਿਛਲੇ ਹਫ਼ਤੇ ਵੇਖੀਏ ਆਪਣਾ ਚੌਧਰੀ ਨਈਮ ਗੁੱਜਰ ਦੀ, ਠੀਕ ਹੈ, ਆਪਣਾ ਜ਼ਿਲ੍ਹਾ ਤਹਿਸੀਲ ਜੇਹਲਮ ਹੈ, ਪਿੰਡ ਪਟੀਆ, ਈਸਾ ਪਟੀਆ, ਅਤੇ ਉਹਨਾਂ ਕੋਲ ਜਨਾਬ ਜਿਹੜੀ ਗਾਂ ਸਾਢੇ ਆਪਣਾ 4 ਲੱਖ ਜਿਹੜਾ ਰੁਪਈਆ ਉਹਨਾਂ ਮੰਗਿਆ, ਉਸ ਗਾਂ ਦਾ ਰਿਜ਼ਲਟ ਬੜਾ ਬਿਹਤਰੀਨ ਨਿਕਲਿਆ। ਉਹਨਾਂ ਕੋਲ ਪੁੱਛਦੇ ਹਾਂ ਅੱਜ, ਨਾਲੇ ਉਸ ਦਿਹਾੜੇ ਦੀ ਅੱਜ ਮੁਲਾਕਾਤ ਹੋਈ ਹੈ, ਨਾਲੇ ਵੀਡੀਓ ਬਣਾਉਂਦੇ ਹਾਂ ਬਾਈ ਕਿਆਸਾ ਰਿਜ਼ਲਟ ਰਿਹਾ। ਮੈਨੂੰ ਬਹੁਤ ਫੋਨ ਆਏ ਨੇ ਕਿ ਜਿਹੜੀ ਰਕਮ ਨਈਮ ਨੇ ਮੰਗੀ ਉਹਦੇ ਦੀ ਵੱਧ ਰੁਪਈਏ ਬੰਦੇ ਦਿੰਦੇ ਹਜੇ, ਇਹ ਨਈਮ ਕੋਲੋਂ ਮੈਂ ਪੁੱਛ ਲੈਣਾ। ਆਓ ਜੀ ਨਈਮ ਸਾਹਿਬ। ਅਸਲਾਮ ਵਾਲੇਕੁਮ ਭਾਈ ਸਾਹਿਬ। ਵਾਲੇਕੁਮ ਸਲਾਮ ਜੀ। ਗੁੱਜਰ ਸਾਹਿਬ ਕੀ ਹਾਲ ਹੈ? ਅੱਲਾਹ ਪਾਕ ਦਾ ਸ਼ੁਕਰ, ਆਈ ਸਾਹਿਬ ਠੀਕ ਠਾਕ। ਕੈਸਾ ਰਿਜ਼ਲਟ ਰਿਹਾ ਪਿਛਲਾ? ਆਈ ਸਾਹਿਬ ਬਹੁਤ ਰਿਜ਼ਲਟ ਅੱਛਾ ਰਿਹਾ, ਗਾਂ ਦੀ ਜਿਹੜੀ ਡਿਮਾਂਡ ਕੀਤੀ ਸੀ ਉਹਦੇ ਤੋਂ ਜ਼ਿਆਦਾ ਪੈਸੇ ਗਾਂ ਦੇ ਆਫਰ ਹੋਏ। ਅੱਛਾ, ਤੇ ਮੈਂ ਤਾਂ ਫਿਰ ਗੱਲ ਕਰ ਚੁੱਕਿਆ ਸਾਂ ਤੇ ਪੈਸੇ ਵੀ ਉਹਨਾਂ ਕੋਲ ਬਿਆਨਾ ਲੱਭ ਲਿਆ ਸੀ, ਮੇਰੇ ਘਰ ਹੀ ਬੱਝੀ ਗਾਂ, ਬੰਦੇ ਬੜੇ ਮਗਰ ਲੱਗੇ ਨੇ, ਬੰਦੇ 2 ਘਰ ਵੀ ਆਏ ਨੇ, ਫਿਰ ਮੈਂ ਅਗਲੇ ਦਾ ਨੰਬਰ ਕੰਟੈਕਟ ਦਿੱਤਾ, ਉਹਨਾਂ ਆਖਿਆ ਨਹੀਂ ਅਸੀਂ ਗਾਂ ਕਦੇ ਪੂਰਾ 4 4.5 ਵੀ ਦਿਓ ਅਸਾਂ ਨਹੀਂ ਦੇਣੀ ਗਾਂ। ਗਾਂ ਇੱਥੇ ਨਾਲ ਹੀ ਬੱਝੀ ਹੈ ਸਰਾਇਆ ਲੰਬੀਰ, ਮੁੰਡਾ ਸਾਡੇ ਇੱਥੇ ਪਟੀਏ ਪਿੰਡ ਤੋਂ ਵਿਆਹੇ ਹੈ, ਅਤੇ 38 ਕਿਲੋ ਉਹਨੂੰ ਗਾਂ ਦਾ ਦੁੱਧ ਦੱਸਿਆ ਸੀ। ਇਸ ਟਾਈਮ ਗਾਂ ਕੋਲ ਉਹ ਕੱਲ੍ਹ ਉਹਨੇ ਫੋਨ ਕੀਤਾ, ਗਾਂ ਕੋਲ ਤਕਰੀਬਨ 45 ਕਿਲੋ 46 ਕਿਲੋ ਦੁੱਧ ਹੈਗਾ। ਤੋਲ ਕੇ? ਤੋਲ ਕੇ ਬਿਲਕੁਲ। ਮਾਸ਼ਾਅੱਲਾ। ਅੱਛਾ ਜਨਾਬ, ਹੁਣ ਜਿਹੜਾ ਕੋਈ ਮੈਸੇਜ ਦੇਣਾ ਚਾਹੋ ਸਾਡੇ ਬਾਰੇ, ਚੈਨਲ ਦੇ ਬਾਰੇ, ਕਿਉਂਕਿ ਉਹ ਕਹਿੰਦੇ ਨੇ ਨਾ ਕਿ ਇੱਟ ਵੱਟੇ ਦਾ ਵਹਿਰ ਹੁੰਦਾ ਹੈ, ਲੇਕਿਨ ਕਈਆਂ ਭਰਾਵਾਂ ਨੂੰ ਮੇਰੇ ਚੈਨਲ ਵਾਲਿਆਂ ਨੂੰ ਨਾ, ਜਿਹਨਾਂ ਨੇ ਮੇਰੇ ਸ਼ੋਭੇ ਵਿੱਚ ਨੇ ਚੈਨਲ ਵਾਲੇ ਨੇ, ਉਹਨਾਂ ਨੂੰ ਬੜਾ ਇਤਰਾਜ਼ ਹੈ ਕਿ ਇਕਤਸ਼ਾਮ ਦੀਆਂ ਮੱਝਾਂ ਆਧਾਰ ਨੇ ਉਹ ਤਈਬ ਵੜਾਈ ਦੀਆਂ, ਉਹਨੂੰ ਕਿਸੇ ਚੈਨਲ ਵਾਲਿਆਂ ਨੇ ਫੋਨ ਵੀ ਕੀਤਾ ਤਈਬ ਵੜਾਇਆ ਚ ਨੂੰ, ਤੂੰ ਆਧਾਰ ਲਿਆਉਣਾ, ਮੁਦੱਸਰ ਦੀਆਂ ਗਾਵਾਂ ਆਈਆਂ ਨੇ ਉਹ ਵੀ ਆਧਾਰ ਲਿਆਉਂਦਾ, ਇਹ ਕੀ ਵਜ੍ਹਾ, ਕੀ ਮਕਸਦ ਹੈ ਉਹਨਾਂ ਦਾ? ਭਾਈ ਸਾਹਿਬ ਵੈਸੇ ਕਰਦੇ ਨੇ, ਇਸ ਤਰ੍ਹਾਂ ਤਾਂ ਨਹੀਂ ਕਰਨਾ ਚਾਹੀਦਾ, ਅਸੀਂ ਆਪਸ 'ਚ ਭਾਈਆਂ ਸਾਰੇ ਇੱਕ ਦੂਜੇ ਲੈ ਕੇ ਚੱਲਣਾ ਚਾਹੀਦਾ, ਇਹ ਹਸਦ ਦੀ ਨਜ਼ਰ ਬਣ ਜਾਂਦੀ ਹੈ, ਅਤੇ ਬਿਲਕੁਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਆਪਣਾ ਆਪਣਾ ਨਸੀਬ ਹੁੰਦਾ ਸਾਰਾ ਕੁਝ, ਅਤੇ ਆਈ ਸਾਹਿਬ ਹਰਾਂ ਨਾਲ ਸਾਰੀਆਂ ਰੌਣਕਾਂ ਹਨ, ਤੁਹਾਡੇ ਚੈਨਲ ਨਾਲ ਹੀ ਸਾਰੀਆਂ ਰੌਣਕਾਂ, ਚੈਨਲ ਤਾਂ ਬੇਸ਼ੁਮਾਰ ਨੇ, ਉਸ ਦਿਨ ਵੀ ਮੈਂ ਜ਼ਿਕਰ ਕੀਤਾ, ਲੇਕਿਨ ਫਰਕ ਹੈ ਬੜਾ ਚੈਨਲ ਵਿੱਚ, ਤੁਹਾਡੇ ਵਿੱਚ 2 ਨੰਬਰ ਹੀ ਕੋਈ ਨਹੀਂ, ਜੋ ਕੁਝ ਤੁਸੀਂ ਦੱਸਦੇ ਹੋ ਬੋਲਦੇ ਹੋ ਉਹ ਕੁਝ ਹੀ ਹੁੰਦਾ, ਉਹ ਬਿਲਕੁਲ ਤਸਵੀਰ ਵੀ ਨਹੀਂ ਅਸੀਂ ਕਦੇ ਚੇਂਜ, ਬਿਲਕੁਲ ਅਕਸਰ ਹੁਣ ਵੀ ਤੁਸੀਂ ਕਾਫੀ ਚੈਨਲ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਓਪਨ ਕਰੋ ਯੂਟਿਊਬ 'ਤੇ ਅਤੇ ਸਾਹਮਣੇ ਤਸਵੀਰ ਹੋ ਸੀ ਬੜੇ ਟਾਪ ਦੀ ਗਾਂ ਜਾਂ ਟਾਪ ਦੀ ਮਾਝ, ਜਿਸ ਟਾਈਮ ਤੁਸੀਂ ਵੀਡੀਓ ਪਲੇ ਕਰ ਸੋ ਤਾਂ ਉਹਦੇ ਵਿੱਚ ਹੋਰ ਚੀਜ਼ ਹੋਏਗੀ, ਉਹ ਤੁਹਾਡੇ ਚੈਨਲ ਦੀ 2 ਨੰਬਰ ਹੀ ਨਹੀਂ, ਮਾਲਕ ਦਾ ਨੰਬਰ ਦੀ ਦਾ, ਇਹ ਵੀ ਬਿਲਕੁਲ ਇਹੀ ਗੱਲ ਹੈ। ਚਲੋ ਅੱਲਾ ਪਾਕ ਖੈਰ ਕਰੇ, ਇਨਸ਼ਾਅੱਲਾ ਅੱਜ ਜਿਹੜੀ ਗਾਂ ਵਹਾਉਣ ਲੱਗੇ ਆ, ਕਿਤਨੇ ਸੂਏ 'ਚ ਗਾਂ? ਭਾਈ ਸਾਹਿਬ ਤੀਸਰਾ ਸੂਆ ਗਾਂ ਸੂਈ। ਅੱਛਾ, ਅਤੇ ਮੱਛੀ ਹੈ ਥੱਲੇ ਗਾਂ? ਉਦੋਂ ਵੀ ਸੂਈ ਹੈ, ਪਰਸੋਂ ਸੁਬਾ ਗਾਂ ਸੂਈ, ਪਰਸੋਂ ਸੁਬਾ ਸੂਈ, ਪੱਕੀ ਤੀਜੇ? ਪੱਕੀ ਤੀਸਰੇ ਸੂਏ। ਜਿਹੜਾ ਬੋਲਾ ਇਹਦਾ ਚੋਇਆ ਜੇ, ਕੀ ਚੋਇਆ ਜੇ ਇਸ ਟਾਈਮ? ਭਾਈ ਸਾਹਿਬ ਦੇਖੋ ਬੋਲਾ ਬੋਲਾ ਅਜੇ ਤਾਂ ਦੁੱਧ ਨਹੀਂ ਬਣਿਆ, ਅਤੇ 32 ਕਿਲੋ ਇਸ ਟਾਈਮ ਬੋਲਾ ਹੋਇਆ। ਅੱਛਾ, ਨੰਬਰ ਇੱਕ ਵਾਰੀ ਬੋਲ ਸੜੋ, 93 ਵਿੱਚ ਲਿਖਣਾ ਤਾਂ ਜ਼ਰੂਰ ਹੈ ਸਕਰੀਨ 'ਤੇ, ਬਿਲਕੁਲ ਉਹ ਠੀਕ, ਕਿਸੇ ਵੇਲੇ ਨਹੀਂ ਵੀ ਸੈੱਟ ਯਾਦ ਨਹੀਂ ਰਹਿੰਦਾ ਤਾਂ ਨੰਬਰ ਬੋਲ ਦਿਓ, 0334-8752-199 ਵਟਸਐਪ ਦਾ, ਠੀਕ ਹੈ, ਦੂਜਾ ਬੋਲ ਦਿਓ, 0334-8752-199 ਲੋ ਠੀਕ ਹੈ ਜੀ। ਗਾਂ ਨੰਬਰ 1 ਜੀ, 2 ਪਾਣੀਆਂ ਜੀ ਨਾ? ਜਾਂ 2 ਬਿਲਕੁਲ। ਅੱਛਾ, ਗਾਂ ਵਹਾਓ ਜੀ, ਬਲਾਲ ਸੈਣ ਗਾਂ ਵਹਾਣੀ ਸੋਹਣੀ ਜੀ, ਅਤੇ ਲਿਬਾਸ ਇਹਦਾ ਵਹਾਣਾ, ਜਿਹੜਾ ਤੇਰੇ ਜਿਹੜਾ ਲਿਬਾਸ ਹੈ ਨਾ, ਉਹ ਲਿਬਾਸ ਇਹਦਾ ਵਹਾਣਾ ਪੂਰਾ।
ਤੇ ਤੀਜੇ ਸੂਏ ਗਾਂ ਹੈ ਜਨਾਬ, ਤੇ ਇੱਕ ਵਾਰੀ ਗਾਂ ਵਹਾ ਲਈਏ ਆਪਣਾ ਗੁੱਜਰ ਸਾਹਿਬ, ਫਿਰ ਇਹਦੀ ਡਿਮਾਂਡ ਪੁੱਛਣੀ ਆ ਤੁਹਾਡੇ ਕੋਲ ਕਿ ਠੀਕ ਹੈ। ਅੱਛਾ ਗਾਂ ਨੂੰ ਲੋਹ ਹੈ ਥੋੜੀ ਜੀ ਕੇ ਜ਼ਿਆਦਾ ਹੈ? ਮਾਮੂਲੀ ਜੀ ਆਈ ਸਾਹਿਬ, ਕੱਚੀ ਸੂਈ ਹੈ ਫਿਰ ਇਹ ਧੋਂਦੀ ਹੈ ਜੀ, ਲੋਹ ਹੈ ਠੀਕ ਹੈ, ਥੋੜੀ ਹੈ ਜ਼ਿਆਦਾ ਨਹੀਂ, ਥੋੜੀ ਹੈ ਬਿਲਕੁਲ ਥੋੜੀ ਹੈ ਜੀ, ਉਹ ਵੀ ਲੈ ਜੇ ਜੀ। ਅੱਛਾ 32 ਕਿਲੋ, 32-33 ਕਿਲੋ ਚੋਇਆ ਜਿਹਾ ਬੋਲਾ। ਤੇ ਜੇਕਰ ਕਿਸੇ ਚੈਨਲ ਹੋਰ ਤੇ ਹੁੰਦੀ ਹੈ ਗਾਂ ਇਸ ਕੰਡੀਸ਼ਨ ਵਿੱਚ ਬਿਲਕੁਲ, ਤੇ ਮੇਰੇ ਖਿਆਲ ਵਿੱਚ ਉਹਨਾਂ ਨੇ 7-8 ਲੱਖ ਰੁਪਈਆ ਮੁੱਲ ਕਰਨਾ। ਬਸ ਉਹ ਆਈ ਸਾਹਿਬ ਨਜਾਇਜ਼ ਨਹੀਂ ਹੋਣਾ ਚਾਹੀਦਾ, ਜਾਇਜ਼ ਹੀ ਮੁੱਲ ਹੋਣਾ ਚਾਹੀਦਾ, ਤੇ ਮਾਲ ਮੁੱਲ ਹੀ ਵਿਕਦਾ, ਤੇ ਰੌਣਕ ਤਾਂ ਹੀ ਬਣਦੀ ਹੈ ਜੇ ਚਲੋ। ਅੱਛਾ ਫਰੀਜ਼ਨ ਆਸਟ੍ਰੇਲੀਅਨ ਜੀ? ਫਰੀਜ਼ੀਅਨ ਹੈ ਬਿਲਕੁਲ, ਆਸਟ੍ਰੇਲੀਆ ਨਹੀਂ ਫਰੀਜ਼ੀਅਨ ਹੈ, ਫਰੀਜ਼ੀਅਨ ਜੀ, ਮੱਛੀ ਥੱਲੇ ਗਾਂ ਜੀ। ਤੇ ਇਹ ਜਿਹੜੀ ਆਪਣਾ ਜਿਹੜਾ ਤੁਸੀਂ ਦੁੱਧ ਸੁਬਾ ਚੋਇਆ ਅੱਜ, ਉਹ ਕਿੰਨਾ ਕੁ ਆਇਆ? ਆਈ ਸਾਹਿਬ ਇੱਕ ਟਾਈਮ ਦਾ ਤਕਰੀਬਨ 15-16 ਕਿਲੋ ਚੋਇਆ। 3 ਟਾਈਮ ਚੋਂਦੀ ਹੋ? ਹੁਣ ਇਹਨੂੰ 3 ਟਾਈਮ ਕਰਨਾ ਪਿਆ ਸੀ, ਇਹਨੂੰ ਅਜੇ 2 ਟਾਈਮ ਪਿਛਲੇ ਦੇ ਕੱਲ ਦੇ ਦਿਨ 'ਚ 2 ਟਾਈਮ ਹੀ, ਹੁਣ ਇਹਦੀ 3 ਟਾਈਮ ਚੁਆਈ ਕਰਦੀ ਹੈ। ਸੁਬਾ 8 ਵਜੇ ਗਾਂ ਚੋਈਏ, ਹੁਣ 3 ਵਜੇ ਚੋਸਾ, ਰਾਤੀ 11 ਵਜੇ ਫਿਰ ਚੋਸਾ। ਵੱਛੀ ਕਿਹੜੀ? ਇਹ ਵੀ ਵੱਛੀ ਵੀ ਇਸੇ ਨਸਲ ਦੀ, ਬੜੀ ਅੱਛੀ ਵੱਛੀ ਦਿੱਤੀ ਤਾਂ ਕੋਲ, ਵੱਛੀ ਦਾ ਇੱਕ ਡੱਬੇ ਗਾਈ ਅੱਪਰ ਇਹਦੇ ਪੇਟ ਦੇ। ਅੱਛਾ ਇਹ ਵੀ ਇਹੀ ਨਸਲ ਹੈ? ਇਹੀ ਨਸਲ ਆਪਣੀ ਜੀ, ਮਾਲੀ ਹੈ, ਮਾਲੀ। ਤੇ ਗਾਂ ਦੀ ਮਾਸ਼ਾਅੱਲਾ ਚੁਆਈ ਆਈ ਸਾਹਿਬ ਬੜੀ ਸੋਹਣੀ ਹੈ। ਅੱਛਾ ਕੀ ਡਿਮਾਂਡ ਇਹਦੀ ਕਰਨੀ ਗੁੱਜਰ ਸਾਹਿਬ? ਆਈ ਸਾਹਿਬ ਡਿਮਾਂਡ ਇਹਦੀ ਜਾਇਜ਼ ਹੀ ਹੈ ਗਾਂ ਦੀ, 3,80,000 ਰੁਪਈਆ ਡਿਮਾਂਡ ਹੈ। ਗਾਂ ਦਾ ਦੁੱਧ 35-36 ਕਿਲੋ ਤੋਂ ਘੱਟ ਹੋਇਆ ਤਾਂ ਗਾਂ ਸਾਡੀ ਹੋਸੀ, ਅੱਪਰ ਹੋਈ ਤਾਂ ਅਗਲੇ ਬੰਦੇ ਨਾਲ ਹੋਸੀ, ਇਸ ਚੀਜ਼ ਦੀ ਘਰ ਤੱਕ ਗਰੰਟੀ। ਫਿਰ ਉਹੀ ਗੱਲ ਹੈ ਵਾ, ਜੇਕਰ ਆ ਜੇ ਕੋਈ ਬੰਦਾ ਚੋਏ ਸੱਲੀ ਕਰੇ ਨਾ ਦੁੱਧ ਪੂਰਾ ਹੋਵੇ ਤੇ ਅੱਧੀ ਕੀਮਤ ਦੀ, ਅੱਧੀ ਕੀਮਤ ਦੀ ਅਗਲੀ ਗੱਲ ਫਿਰ ਮਾਜ਼ਰਤ ਵੀ ਨਾਲ ਹੋਵੇਗੀ। ਚਲੋ ਜਾ ਵਾਹੀ ਗੱਲਾਂ ਨੀ, ਠੀਕ ਹੋ ਗਿਆ। 3,80,000 ਰੁਪਏ, 3,80,000 ਗਾਂ ਦੀ। ਗਾਂ ਜਿਹੜੀ ਦੂਜੀ ਪਾਣੀ ਜੇ ਜੀ ਜੀ, ਉਹਦੀ ਕੀ ਉਮਰ, ਆਪਣਾ ਕਿਤਮੇ ਸੂਏ, ਕੀ ਹਿਸਾਬ ਕਿਤਾਬ ਹੈ? ਗਾਂ ਵਹਾਓ ਜੀ, ਛੱਡ ਦਿਓ ਇਹਨੂੰ, ਇਹਨੂੰ ਕੋਈ ਨਹੀਂ, ਇਹ ਕਿਰੇ ਵੀ ਨਹੀਂ ਜਾਂਦੀ ਵੱਛੀ ਕੋਲੋਂ, ਕਿਰੇ ਵੀ ਨਹੀਂ ਜਾਂਦੀ ਹੈ। ਗਾਂ ਵਹਾਓ ਉਹਦੀ, ਗਾਂ ਲਾਖੀ ਹੈ ਸੋਹਣੀ, ਗਾਂ ਚੰਗੀ ਹੋ ਵੀ ਜਾ ਠੀਕ ਹੈ। ਸਟੂਡੈਂਟ ਹੈ ਕਿ ਹੈ ਕੋਈ ਬੱਚੀ ਬੱਚਾ ਮਗਰ? ਕੋਈ ਨਹੀਂ, ਸਟੂਡੈਂਟ ਹੈ, ਬੱਚੀ ਹੈ ਸੀ, ਪਿਛਲਿਆਂ ਨੇ ਲਾ ਲਈ ਹੈ, ਬੱਚੀ ਰੱਖ ਲਈ, ਲਾ ਲਈਏ ਜਾ। ਅਤੇ ਕਦੋਂ ਦੀ ਸੂਈ ਹੈ? 3 ਕੁ ਮਹੀਨੇ ਹੋ ਗਏ ਸੀ ਇਹ ਆਈ ਸਾਹਿਬ, ਇਹਨੂੰ ਤਕਰੀਬਨ 3-3.5 ਮਹੀਨੇ ਹੋ ਗਏ ਨੇ। ਅਤੇ ਬੱਚੀ ਆਇਆ ਸੀ ਉਹ ਪਿਛਲਿਆਂ ਲਾ ਲਈਏ, ਅਤੇ ਗੱਬਣ ਨਹੀਂ ਹੋਈ, ਸੰਘਾਰ ਹੋ ਗਈ ਕੋਈ ਨਹੀਂ, ਅਜੇ ਸੁਨਾਰ ਨਹੀਂ ਹੋਈ, ਸੁਨਾਰ ਨਹੀਂ ਹੋਈ ਨਹੀਂ। ਅੱਛਾ ਸੁਨਾਰ, ਸੰਘਾਰ ਮੈਂ ਆਖਦਾ ਪਿਆ ਤੁਸੀਂ ਸੁਨਾਰ, ਸਾਡੇ ਇੱਧਰ ਸੁਨਾਰ ਆ ਦੇ, ਸੁਨਾਰ ਹੀ ਹੈ ਆਈ ਲਫ਼ਜ਼ ਸੁਨਾਰ ਹੈ। ਅੱਛਾ ਤੇ ਕਿੰਨਾ ਕੁ ਦੁੱਧ ਦਿੰਦੀ ਜੇ ਪੀ? ਆਈ ਸਾਹਿਬ ਇਹਦਾ ਠੰਡਾ ਠੰਡਾ ਦੁੱਧ ਜਿਹੜਾ 17 ਕਿਲੋ ਹੋਏਗਾ ਦੁੱਧ ਇਹਦਾ, 17 ਕਿਲੋ ਸੂਏ, ਤ੍ਰੀਜੇ ਇਹ ਦੂਸਰਾ ਸੂਆ, ਹੁਣ ਸੂਈ ਤ੍ਰੀਜੇ ਸੋਹਣਾ ਸੂ ਜਾ ਠੀਕ ਹੈ ਜੀ। ਸੁਨਾਰ ਨਹੀਂ ਹੋਈ ਠੀਕ ਹੈ, ਮਾਸ਼ਾਅੱਲਾ ਛਾਲੇ ਕਾਲੇ ਸੂ, ਛੇ ਥਾਣ ਸੂ ਸੋਹਣੇ ਨੇ ਠੀਕ ਹੈ, ਮੁੱਠ ਮੁੱਠ ਬਿਹਤਰੀਨ ਥਾਣ ਨੇ। ਅਤੇ ਇਹਦੀ ਕੀ ਡਿਮਾਂਡ ਜੀ ਆਪਣੇ ਇਸ ਗਾਂ ਦੀ? ਆਈ ਸਾਹਿਬ ਇਹਦੀ ਡਿਮਾਂਡ ਤਾਂ 1,60,000 ਰੁਪਇਆ ਕਰਨੇ ਆ, ਅਤੇ ਕਿਸੇ ਭਰਾ ਨੂੰ ਪਸੰਦ ਆਈ ਤਾਂ ਪਿਆਰ ਮੁਹੱਬਤ ਹੋ ਜਾਏਗਾ, ਕੋਈ ਉਹ ਫਿਕਸ ਨਹੀਂ, ਭਰਾ ਫਿਕਸ ਨਹੀਂ ਆ ਜਾ। ਅਤੇ ਗਾਂ ਗਰਮੀ ਨਹੀਂ ਕਰਦੀ, ਦੁੱਧ ਵੀ ਬਿਹਤਰੀਨ ਸੋਹਣਾ ਮਝਾਰ। ਕਿਹੜੀ ਨਸਲ ਜੇ? ਇਹ ਆਸਟ੍ਰੇਲੀਆ ਅਤੇ ਸਾਹੀਵਾਲ ਕ੍ਰਾਸ ਹੈ, ਅਤੇ ਜਿਸ ਤਰ੍ਹਾਂ ਦਾ ਥਣ ਸੀ ਇਸ ਤਰ੍ਹਾਂ ਦੀ ਚੁਆਇਸ ਬੜੀ ਸੋਹਣੀ। ਅਤੇ ਦੁੱਧ ਦੀ ਕਿਸੇ ਭਰਾ ਨੂੰ ਘਰ ਤੱਕ ਪਰੇਸ਼ਾਨੀ ਹੋਈ, ਗਾਂ ਵਾਪਸ ਹੋਏਗੀ 16-17 ਤੋਂ ਘੱਟ। ਅੱਛਾ ਜਨਾਬ ਉਹ ਗਾਂ ਉਹ ਲਿਆਓ ਸਕਰੀਨ ਅੱਗੇ, ਅਤੇ ਫਿਰ ਕਰਨੇ ਆ ਵੀਡੀਓ, ਆਪਣਾ 2-3 ਲਾਣ ਨੇ ਉਹ ਵੀ ਕਰਨੇ ਆ, ਇੱਕ ਮੈਸੇਜ ਭਰਾਵਾਂ ਤੱਕ ਪਹੁੰਚਾਉਣਾ, ਇਨਸ਼ਾਅੱਲਾ ਕੋਸ਼ਿਸ਼ ਕਰਨੀ ਹੈ ਉਹ ਮੈਸੇਜ 'ਤੇ ਪੂਰਾ ਉਤਰਨਾ। ਮੈਸੇਜ ਜਨਾਬ ਇਸ ਤਰ੍ਹਾਂ ਦਾ ਕਿ ਇੱਕ ਮੇਰਾ ਭਾਈ ਹੈ, ਅਜ਼ੀਜ਼ ਹੈ, ਦੋਸਤ ਹੈ, ਉਹਦਾ ਵੀ ਚੈਨਲ ਹੈ, ਅਤੇ ਚੈਨਲ ਉਹਦਾ ਹੋ ਗਿਆ ਬਲਾਕ। ਬਲਾਕ ਚੈਨਲ ਉਹਦਾ ਕਿਸ ਤਰ੍ਹਾਂ ਹੋਇਆ? ਬਲਾਕ ਚੈਨਲ ਉਹਦਾ ਇਸ ਤਰ੍ਹਾਂ ਹੋਇਆ ਕਿ ਉਹ ਮੇਰੀ ਭਰਾ ਬੰਦੀ ਵੇਖ ਕੇ ਵੀਡੀਓ ਜਾਂ ਵੇਖੀ ਸੂ, ਜਾਂ ਕਿਸੇ ਨੇ ਉਹਨੂੰ ਮਸ਼ਵਰਾ ਦਿੱਤਾ ਕਿ ਵੀਡੀਓ ਦੇ ਉੱਤੇ ਯਾਰ ਆਪਣਾ ਮਾਲਕ ਦਾ ਤੂੰ ਨੰਬਰ ਦਿਆ ਕਰ। ਉਹ ਨੰਬਰ ਦਿੰਦਾ ਪਿਆ ਅਤੇ ਉਹਦਾ ਬਲਾਕ ਹੋ ਗਿਆ ਜਿਹੜਾ ਆਪਣਾ ਚੈਨਲ, ਜਾਂ ਕਿਸੇ ਸਾਜ਼ਿਸ਼ ਕੀਤੀ ਹੈ, ਜਾਂ ਉਹਦੇ ਕੋਲ ਪਾਸਵਰਡ 'ਚ ਕਿਸੇ ਚੋਰੀ ਕਰ ਲਿਆ, ਜਾਂ ਉਹਦੇ ਕੋਲ ਗਲਤੀ ਹੋ ਗਈ ਹੈ, ਮੇਰੇ ਕੋਲ ਜਿਹੜੀ ਖਬਰ ਹੈਗੀ ਹੈ। ਅਤੇ ਉਹਦਾ ਜਨਾਬ ਉਹਨੇ ਚੈਨਲ ਹੁਣ ਫਿਰ ਨਵਾਂ ਬਣਾਇਆ, ਕੋਸ਼ਿਸ਼ ਕਰਨੀ ਹੈ ਕਿ ਉਹਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਜਿਸ ਤਰ੍ਹਾਂ ਮੇਰੇ ਵਿਊਜ਼ ਬਣਦੇ ਨੇ ਜਾਂ ਸਬਸਕ੍ਰਾਈਬਰ ਹੋ ਜਿਤਨੇ ਭਰਾ। ਅਤੇ ਅੱਗੋਂ ਜਨਾਬ ਉਹ ਨੰਬਰ ਇਸੇ ਤਰ੍ਹਾਂ ਰੂਟੀਨ ਨਾਲ ਦੇਦਾ, ਜਾਨਵਰ ਵੀ ਚੰਗਾ ਸਾਹਮਣੇ ਲੈ ਕੇ ਆਵੇਦਾ, ਮਾਲਕ ਦਾ ਵੀ ਨੰਬਰ ਦੇਦਾ। ਜ਼ਿਲ੍ਹਾ ਉਹਦਾ ਆਪਣਾ ਹੈ ਜੇ ਫੈਸਲਾਬਾਦ, ਅਤੇ ਤਹਿਸੀਲ ਸਮੁੰਦਰੀ ਹੈ ਉਹਦੀ, ਬੰਦਾ ਵੀ ਠੀਕ ਹੈ, ਸਾਜਿਦ ਚੌਧਰੀ ਆਪਣਾ, ਸਾਜਿਦ ਮਹਿਮੂਦ ਜਾਂ ਮੁਹੰਮਦ ਸਾਜਿਦ ਹੈ ਇਹ, ਇਸ ਨਾਂ ਦਾ ਬੰਦਾ ਹੈ ਉਹ। ਅਤੇ ਉਹ ਜਨਾਬ ਸਾਜਿਦ ਨਾਂ ਦਾ ਹੈ, ਲੇਕਿਨ ਪਹਿਲਾਂ ਪਤਾ ਨਹੀਂ ਮੁਹੰਮਦ ਦੇ ਨਾਲ ਜਾਂ ਮਹਿਮੂਦ ਹੈ ਉਹਦਾ ਚੈਨਲ। ਉਹਦੇ ਚੈਨਲ ਦਾ ਨਾਂ ਹੈ ਜਨਾਬ 92 92 ਚੈਨਲ 92 ਉਨੀ ਮਾਲਕ,
ਇਸ ਨਾਂ ਦਾ ਚੈਨਲ ਹੈ ਜਨਾਬ 92-19 ਮੱਲ, ਉਹਦੇ ਜਨਾਬ ਚੈਨਲ ਨੂੰ ਤੁਸੀਂ ਕਰਨਾ ਸਬਸਕ੍ਰਾਈਬ ਅਤੇ ਉਹਦੇ ਬੈੱਲ ਆਈਕਨ ਵੀ ਦਬਾਉਣੀ ਹੈ ਤਾਂ ਕਿ ਜਲਦੀ ਤੋਂ ਜਲਦੀ ਜਿਹੜੀ ਉਹਦੀ ਅਗਲੀ ਐਵਰੇਜ ਆਈ ਉਹਦੇ ਨਾਲ ਵੀ ਸਪੀਡ ਨਾਲ ਉਹਦਾ ਜਿਹੜਾ ਨਾ ਸਬਸਕ੍ਰਾਈਬਰ ਵਧਣ। ਇਹ ਮਿਹਰਬਾਨੀ ਕਰਨੀ ਹੈ ਸਾਰਿਆਂ ਭਰਾਵਾਂ ਨੇ। ਅਤੇ ਨੰਬਰ ਜਿਹੜਾ ਵੀਡੀਓ ਵਿੱਚ ਇਸੇ ਤਰ੍ਹਾਂ ਦੇ ਦਾ 92-19 ਮੱਲ ਚੈਨਲ ਦਾ ਨਾਂ ਹੈ, ਅਤੇ ਉਸ ਚੈਨਲ ਨੂੰ ਜਨਾਬ ਸਬਸਕ੍ਰਾਈਬ ਕਰਨਾ ਜ਼ਰੂਰ। ਇਹੀ ਨਾਂ ਹੈ ਨਾ ਜੀ? ਇਹੀ ਗੱਲ ਹੈ ਜੀ। ਅਤੇ ਇਨਸ਼ਾਅੱਲਾ ਉਮੀਦ ਕਰਨਾ ਕਿ ਤੁਸੀਂ ਇਹ ਜਿਹੜਾ ਮੈਸੇਜ ਸੁਣੋਦੇ ਅਤੇ ਇਸ ਮੈਸੇਜ 'ਤੇ ਅਮਲ ਜ਼ਰੂਰ ਕਰੋ ਅਤੇ ਮਿਹਰਬਾਨੀ ਭਰਾਵਾਂ ਨੇ ਕਰਨੀ ਹੈ। ਲਓ ਜਨਾਬ ਨਈਮ ਸਾਹਿਬ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮੁਲਾਕਾਤ ਜ਼ਰੂਰ ਹੋਵੇਗੀ। ਇਸ ਵੀਡੀਓ ਦਾ ਵੀ ਰਿਜ਼ਲਟ ਇਨਸ਼ਾਅੱਲਾ ਤੁਹਾਡੇ ਸਾਹਮਣੇ ਆਵੇਗਾ। ਮੈਂ ਤਾਂ ਆਏ ਐ ਮੈਂ ਕੋ ਨਹੀਂ, ਬਿਲਕੁਲ ਉਮੀਦ ਹੈ ਬੜੀ। ਜਿਸ ਵਕਤ ਬੰਦਾ ਅਗਲਾ ਕੰਮ ਹੋ ਜਾਵੇ ਨਾ, ਪਹਿਲੇ ਵੀਡੀਓ ਦਾ ਰਿਜ਼ਲਟ ਨਿਕਲੇ ਅਤੇ ਉਹਨੂੰ ਪਤਾ ਲੱਗ ਜਾਂਦਾ ਵਾਕਈ ਰਿਜ਼ਲਟ ਨਿਕਲੇ। ਬਿਲਕੁਲ ਇਹੀ ਗੱਲ। ਅਤੇ ਇਨਸ਼ਾਅੱਲਾ ਉਮੀਦ ਕਰਨਾ, ਔਰ ਜਾਨਵਰ ਵੀ ਚੰਗਾ, ਉਹਦੇ 'ਤੇ ਵੀ ਚੰਗਾ, ਕਈਆਂ ਭਰਾਵਾਂ ਦੇ ਪਸੰਦ ਆਵੇਗਾ। ਸਿੰਘ ਦੇ ਸੋਹਣੇ ਨੇ, ਢਾਲਵੇਂ ਚੁੰਗੇ ਜੇ ਬੜੇ ਬਿਹਤਰੀਨ, ਤੇ ਉਹ ਵਡੇਰੇ ਕਹਿੰਦੇ ਹੁੰਦੇ ਆ ਢੇਲੀ ਮਾਝ ਜਿਹੜੀ ਲੱਭੇ ਨਾ ਉਹ ਲੈ ਲਓ, ਇੰਜ ਦਰਿਆ ਪਾਰ ਹੋਵੇ ਤੇ ਲੈ ਲਓ, ਲੈ ਲਓ ਗਾਂ ਚੁੰਗੀ ਹੋਵੇ ਦਰਿਆ ਪਾਰ ਹੋਵੇ ਤੇ ਲੈ ਲਓ ਜੀ, ਜਿਸ ਤਰ੍ਹਾਂ ਦੀ ਕਹਾਵਤ ਬਣੀ। ਇਹੀ ਗੱਲ। ਤੇ ਇਨਸ਼ਾਅੱਲਾ ਉਮੀਦ ਕਰਨਾ ਕਿ ਬੰਦਿਆਂ ਦੇ ਵੀਡੀਓ ਤੁਹਾਡੀ ਪਸੰਦ ਵੀ ਆਵੇ ਦੀ, ਲਾਈਕ ਵੀ ਵੀਡੀਓ ਬੜੀ ਹੋਈ ਹੈ, ਵੀਡੀਓ ਚੱਲੀ ਵੀ ਤੁਹਾਡੀ ਠੀਕ ਹੈ ਅਤੇ ਅਖਲਾਕ ਵੀ ਤੁਹਾਡਾ ਠੀਕ ਹੈ। ਲੇਕਿਨ ਗੱਲ ਕਰਨ ਦਾ ਮਕਸਦ ਹੈ ਪਸੰਦ ਭਰਾਵਾਂ ਦੀ ਹੈ, ਮੇਰਾ ਕੰਮ ਹੈ ਵੀਡੀਓ ਦੇਣਾ ਉਹਨਾਂ ਨੂੰ। ਬਿਲਕੁਲ। ਅਤੇ ਜੇ ਤੁਹਾਡਾ ਕੰਮ ਹੈ ਪੱਕਾ ਵੀਡੀਓ ਦਿੰਦੇ ਰਹੋ, ਇੱਕ ਤੁਹਾਡਾ ਵੀ ਤਾਰੀਖ, ਇੱਕ ਦਿਨ ਪੱਕਾ ਮੁਕਰਰ ਕਰ ਸਕਣਾ, ਜੇ ਨਾ ਸਿਲਸਿਲੇਵਾਰ ਜਿਸ ਤਰ੍ਹਾਂ ਮੰਗਲ ਬੁੱਧ ਜਾਂ ਜਿਸ ਤਰ੍ਹਾਂ 2-3 ਦਿਨ ਮੇਰੇ ਕੋਲ ਮੁਕੰਮਲ ਹੈ ਨੇ, ਮੁਦੱਸਰ ਦਾ, ਇੱਕ ਸ਼ਾਮ ਦਾ, ਉਹ ਤਈਬ ਵੜਾਈ ਦਾ, ਇਸੇ ਤਰ੍ਹਾਂ ਤੁਹਾਡਾ ਵੀ ਅਗਰ ਜੇ ਦਿਲ ਹੋਇਆ ਕੰਮ ਤੁਹਾਡਾ ਚੱਲਿਆ ਤਾਂ ਜਨਾਬ ਪੱਕਾ ਕਰ ਸਕਣਾ, ਤਾਂ ਕੋਈ ਐਸੀ ਗੱਲ ਨਹੀਂ। ਅਤੇ ਮੈਂ ਤਾਬਿਆਦਾਰ ਹਾਂ ਜਨਾਬ ਰਹਿੰਦੀ ਇਹ ਕਸਰੇ ਕਿ ਇੱਕ ਵਾਰੀ ਫਿਰ ਮੈਸੇਜ ਦੇ ਸਕਣਾ। 92-19 ਮੱਲ ਸਾਜਿਦ ਮਹਿਮੂਦ, ਜ਼ਿਲ੍ਹਾ ਆਪਣਾ ਫੈਸਲਾਬਾਦ, ਤਹਿਸੀਲ ਸਮੁੰਦਰੀ, ਨੰਬਰ ਦੇਣਾ ਉਹਨੇ ਵੀਡੀਓ 'ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਦੇਣਾ ਪਿਆ, ਅਤੇ ਉਹਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਸਾਰਿਆਂ ਭਰਾਵਾਂ ਅੱਗੇ ਗੁਜ਼ਾਰਿਸ਼ ਕਰਨੀ ਹੈ। ਅਤੇ ਮੇਰੀ ਇਹ ਮੈਸੇਜ ਭਰਾਵਾਂ ਤੱਕ, ਲੇਕਿਨ ਇਸ ਮੈਸੇਜ 'ਤੇ ਕੋਸ਼ਿਸ਼ ਵੀ ਕਰਨੀ ਹੈ, ਅਤੇ ਇਨਸ਼ਾਅੱਲਾ ਅੱਲਾ ਪਾਕ ਕਰੇ ਖੈਰ। ਅਤੇ ਲਓ ਜਨਾਬ ਇਸੇ ਵੀਡੀਓ ਦੇ ਨਾਲ ਗੁਜਰ ਸਾਹਿਬ ਦਿਓ ਇਜਾਜ਼ਤ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਮੁਲਾਕਾਤ ਜ਼ਰੂਰ ਹੋਵੇਗੀ। ਰੱਬ ਰਾਖਾ, ਅੱਲਾ ਸੋਹਣੇ ਦੇ ਹਵਾਲੇ, ਪਾਕਿਸਤਾਨ ਜ਼ਿੰਦਾਬਾਦ।